ਤਾਂ ਚੰਡੀਗੜ੍ਹ ਦੇ ਕਰੋੜਪਤੀ ਦੇ ਨਾਲ ਲੁੱਟ ਹੋਈ ਹੈ। ਘਰ ਦੇ ਹੀ ਦੋ ਨੌਕਰ ਲੁੱਟ ਕੇ ਲੈ ਗਏ ਨੇ ਘਰ ਦਾ ਸਾਰਾ ਸਮਾਨ। ਖਾਣੇ ਦੇ ਵਿੱਚ ਨਸ਼ਾ ਦੇ ਕੇ ਕਰੋੜਪਤੀ ਸ਼ਖਸ ਦੇ ਪਰਿਵਾਰ ਨੂੰ, ਕਾਰੋਬਾਰੀ ਹੈ ਜੋ, ਉਸਦੇ ਪਰਿਵਾਰ ਨੂੰ ਬੇਹੋਸ਼ ਕੀਤਾ। ਅਤੇ ਉਸਦੀ ਮਾਂ ਜਦ ਬੇਹੋਸ਼ ਨਹੀਂ ਹੋਈ ਤਾਂ ਕਰੋੜਪਤੀ ਦੀ ਮਾਂ ਨੂੰ ਇਹਨਾਂ ਨੌਕਰਾਂ ਨੇ ਬੰਧਕ ਬਣਾ ਦਿੱਤਾ ਅਤੇ ਉਸਦੀਆਂ ਅੱਖਾਂ ਸਾਹਮਣੇ 2 ਕਿਲੋ ਸੋਨਾ ਚਾਂਦੀ ਅਤੇ 35 ਲੱਖ ਲੈ ਗਏ। ਤਾਂ ਹਾਲੇ 8 ਦਿਨ ਪਹਿਲਾਂ ਹੀ ਦੋਹਾਂ ਨੂੰ ਕੰਮ 'ਤੇ ਰੱਖਿਆ ਸੀ। ਹਾਲੇ ਨਾ ਹੀ ਉਹਨਾਂ ਦੀ ਕੋਈ ਆਧਾਰ ਕਾਰਡ ਦੀ ਫੋਟੋ ਸਾਹਮਣੇ ਆਈ ਹੈ ਅਤੇ ਨਾ ਹੀ ਉਹਨਾਂ ਨੌਕਰਾਂ ਦੀ ਤਸਵੀਰ। ਪਰ ਨੌਕਰ ਕਾਂਡ ਕਰ ਗਏ ਨੇ, ਨੌਕਰਾਂ ਨੇ ਬਾਹਰੋਂ ਆਪਣੇ 3 ਸਾਥੀ ਸੱਦ ਕੇ, ਯਾਨੀ ਕਿ ਟੋਟਲ 5 ਜਣਿਆਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕਰੋੜਪਤੀ ਦੀ ਕੋਠੀ ਖਾਲੀ ਕਰ ਗਏ। ਅਤੇ ਜਾਂਦੇ ਜਾਂਦੇ CCTV ਜਿਹੜੀ ਫੁਟੇਜ DVR ਦੇ ਵਿੱਚ ਰਿਕਾਰਡ ਹੁੰਦੀ ਹੈ ਅਤੇ DVR ਵੀ ਜਾਂਦੇ ਜਾਂਦੇ ਲੈ ਕੇ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ Sector 33 ਦਾ ਇਹ ਮਾਮਲਾ ਹੈ। ਕਾਫੀ ਪੌਸ਼ ਇਲਾਕਾ ਹੈ, ਵੱਡੀ ਵੱਡੀ ਕੋਠੀਆਂ, ਕਾਰਾਂ ਵਾਲੇ ਰਹਿੰਦੇ ਨੇ ਇੱਥੇ, ਕਾਰੋਬਾਰੀ ਰਹਿੰਦੇ ਨੇ। ਤਾਂ ਇੱਕ ਕਾਰੋਬਾਰੀ ਜੋ ਕਿ Sector 33 ਦੇ ਵਿੱਚ ਰਹਿੰਦਾ ਸੀ, ਉਸਨੇ 8 ਦਿਨ ਪਹਿਲਾਂ 2 ਨੌਕਰਾਂ ਨੂੰ ਘਰ ਦੇ ਵਿੱਚ ਤਨਖਾਹ 'ਤੇ ਰੱਖਿਆ, ਘਰ 'ਤੇ ਨੌਕਰੀ 'ਤੇ ਰੱਖਿਆ। ਤਾਂ ਦੋਹਾਂ ਨੇ ਮਿਲ ਕੇ ਪਲੈਨ ਬਣਾਇਆ ਅਤੇ ਆਪਣੇ ਮਾਲਕ ਨੂੰ ਹੀ ਠੱਗ ਕੇ ਲੈ ਗਏ ਨੇ ਨੌਕਰ। ਤਾਂ ਆਪਣੇ ਮਾਲਕ ਨੂੰ ਹੀ ਲੁੱਟ ਕੇ ਲੈ ਗਏ ਨੇ 2 ਨੌਕਰ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਚੰਡੀਗੜ੍ਹ ਦੇ Sector 33 ਦੀਆਂ। ਇਹ ਉਹੀ ਕੋਠੀ ਹੈ, ਇਸੇ ਕੋਠੀ ਦੇ ਅੰਦਰ ਲੁੱਟ ਹੋਈ ਹੈ। ਅਤੇ ਆਂਢ ਗੁਆਂਢ ਨੂੰ ਕੰਨੋ ਕੰਨੀ ਖਬਰ ਨਹੀਂ ਹੋਈ। ਤਾਂ ਦੱਸ ਦਈਏ ਕਿ ਜਿਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਬੇਹੋਸ਼ ਕੀਤਾ ਗਿਆ ਸੀ, ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਉਹਨਾਂ ਦੇ ਹੋਸ਼ ਆਉਣ 'ਤੇ ਉਹ ਬਿਆਨ ਦੇਣਗੇ ਕਿ ਆਖਿਰਕਾਰ ਉਹ ਦੋਨੇ ਨੌਕਰ ਕੌਣ ਸੀ, ਕਿੱਥੋਂ ਦੇ ਰਹਿਣ ਵਾਲੇ ਸੀ, ਉਹਨਾਂ ਦਾ ਆਤਾ ਪਤਾ ਕੀ ਸੀ। ਤਾਂ ਪਰ ਵੱਡੀ ਵਾਰਦਾਤ ਹੋਈ ਹੈ, ਪੁਲਿਸ ਦੇ ਵੱਡੇ ਅਧਿਕਾਰੀ ਆਏ ਨੇ, ਮੌਕੇ 'ਤੇ ਮੌਜੂਦ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ Sector 33 ਦੀ ਉਸੇ ਕੋਠੀ ਦੀਆਂ ਜਿੱਥੇ 2 ਨੌਕਰ ਆਪਣੇ ਮਾਲਕ ਨੂੰ ਨਸ਼ੀਲਾ ਪਦਾਰਥ ਦੇ ਕੇ ਪਹਿਲਾਂ ਬੇਹੋਸ਼ ਕਰ ਦਿੰਦੇ ਨੇ, ਮਾਲਕ ਦੀ ਮਾਂ ਨੂੰ ਬੇਹੋਸ਼ ਕਰ ਦਿੰਦੇ ਨੇ, ਅਤੇ ਜਿਸ ਤੋਂ ਬਾਅਦ ਮਾਲਕ ਦੀ ਮਾਂ ਨੂੰ ਇੱਕਦਮ ਜਾਗ ਆ ਜਾਂਦੀ ਹੈ, ਅੱਖ ਖੁੱਲ੍ਹ ਜਾਂਦੀ ਹੈ, ਬੇਹੋਸ਼ ਨਹੀਂ ਹੁੰਦੀ ਉਹ, ਤਾਂ ਉਸਨੂੰ ਬੰਧਕ ਬਣਾ ਦਿੰਦੇ ਨੇ। ਬਾਅਦ ਦੇ ਵਿੱਚ ਪੂਰੇ ਘਰ ਦਾ ਸਮਾਨ ਲੁੱਟ ਕੇ ਲੈ ਗਏ ਨੇ, 2 ਕਿਲੋ ਸੋਨਾ ਚਾਂਦੀ ਅਤੇ 35 ਲੱਖ ਲੁੱਟ ਕੇ ਲੈ ਗਏ ਨੇ ਨੌਕਰ।